तो दोस्तों इधर देखो जी, दिन त्योहारा दे आपां जलेबियां बाजार चो लैण जाने दे। इधर निक्की जी उम्र दे विच सरदार जी जलेबियां कढ रहे आ, और ये पढ़ाई दी खेडण हसण दी उम्र दे विच सरदार साहब इधर जलेबियां क्यों कढण लग पिया छोटा जिहा। देखो जी जवाक, ते आपां इहनां नूं पुछदे आ जिथे ये दिन त्योहारा दा दिन सोहां दा साडे फूड हैगा जी, पकवान हैगा आ, उत्थे इह की मजबूरी रही कि एक छोटे जिहे बच्चे नूं अपने जलेबियां और नमकीन सारा इत्थे शहर दे विच ਵੇਚਣਾ ਪੈ ਰਿਹਾ। ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਸਾਹਿਬ, ਇਧਰ ਆਉਂਦੇ ਰਹਿੰਦੇ ਆ ਕਾਕੇ ਕੋਲ? ਹਾਂਜੀ ਹਾਂਜੀ, ਅਸੀਂ ਬਹੁਤ ਚਿਰ ਦੇ ਦੁਕਾਨ ਆ ਜੀ। ਠੀਕ ਹੈ ਜੀ। ਇਹਨਾਂ ਦੇ ਡੈਡੀ ਵੀ ਪਹਿਲਾਂ ਆਏ, ਉਹ ਉੱਥੇ ਰੇੜੀ ਲਾਉਂਦੇ ਸੀ। ਅੱਛਾ ਜੀ, ਹਾਂਜੀ। 1 ਸਾਲ ਹੋ ਗਿਆ ਉਹਨਾਂ ਦੀ ਡੈਥ ਹੋ ਗਈ ਹੈ। ਪਿਤਾ ਜੀ ਕਰਦੇ ਸੀ, ਫਾਦਰ ਸਾਹਿਬ ਉਹ ਕਰਦੇ ਸੀ ਕਿ ਕੰਮ? ਉਹ ਵੀ ਇਹੀ ਜਲੇਬੀ ਦਾ ਹੀ ਕੰਮ ਕਰਦੇ ਸੀ। ਜਲੇਬੀ ਕਿੰਨਾ ਚਿਰ ਕੀਤਾ ਉਹਨਾਂ ਨੇ? ਉਹਨਾਂ ਨੂੰ ਵੀ ਵਾਵਾ ਚਿਰ ਹੋ ਗਏ, 20-25 ਸਾਲ ਹੋ ਗਏ ਉਹਨਾਂ ਨੂੰ। ਨਹੀਂ ਜੀ, ਟੈਗ ਹੋ ਗਏ। सारा खर्चा चक लिया, मतलब सिर्फ यही दुकान है, होर भी काम है? यही दुकान है। बिलकुल एक खेडन हसन की उम्र हैगी, उस उम्र काम करना पै रहा। इधर देखो जी जलेबियां कढ़ी जांदा, इधर मिठा हैगा। सवेरे ताई मटर मम्मी बना दिंदे घरे। मटर माता जी बना दिंदे? हां जी। अच्छा जी, मतलब जो स्कूल आना भी मटर वगैरह तैयार हुंदे आ? हां जी, इत्थे आन के जलेबी बना दी। ठीक है जी, ये सारा तुहाडा जिहड़ा इधर तैयारी वाला सारा समान माता जी तैयार कर दिंदे आ, तुसीं लै आउंदे इत्थे ना? आ भी आप करीदा जी इत्थे। अच्छा, ये भी आप तैयार करदे आ? अच्छा जी, ते हुण वड्डा हो के होर की बनना चाहुंदा? ए हुण गां जाके पता लगूगा जी। अच्छा जी, देखो जी इदियां जिहड़े घर दे आपां जिम्मेवारियां जिहने चक्कियां हुंदियां, ते उहदी पहल जिहड़ी इही हुंदी है कि घर दे काम जिहड़े चलण, घर दा काम सही चले। कोले छोटा बच्चा ही सारे घर दा कारोबार संभालदा है। इहदे देखो इहदे इहनां दी तिन भैणां, इहने दस्सिया जिद्दां ना, ते सारा भार इहने चक लिया, सारा भार बच्चे दे सिर ते। इह जे मेहनत करके हांजी सवेरे पढ़न जांदा, बाद च रेहड़ी लांदा, रेहड़ी ला के ते अपने घर दा गुजारा सारा चलाउंदा है। इह जलेबियां वेचदा छड्डे विच खड़ के, ते सारी जिन्नी मेहनत, बहुत मेहनत करदा बच्चा। सारे वीरां नूं बेनती है कि इहदी मदद करो, वध चढ़ के जिन्नी हो सकदी है इहदी मदद करो जी। जी, सारा गुजारा इसदे सिर ते चलदा पिया, आपदी भैणां दा पालन पोषण, माता दा पालन पोषण इहो ही कर रिहा है। सारे वीरां नूं बेनती है कि इहदी वध चढ़ के मदद करो जी। नौजवान जवाक ही है, इक न्याणी उम्र है, इस उम्र च कुछ नहीं पता होंदा, और मुंडा डट गया जी अपने काम दे लई। हां जी, बहुत वधिया जलेबी खाण च पैदा, बच्चों नूं सारे चीज खाण च ਛੱਡੀ ਕਰ ਖਾਓ, ਵਧੀਆ ਜਲੇਬੀ, ਕੋਈ ਨੁਕਸ ਨਹੀਂ ਪੈਂਦਾ ਇਹਦੇ ਨਾਲ। ਹਾਂ ਵਧੀਆ, ਹਰ ਦਵਾਲੀ ਸਾਰਾ ਕੁਝ ਜਿਵੇਂ ਹੀ ਇਹਨਾਂ ਤੋਂ ਲੈ ਕੇ ਜਾਂਦੇ ਆ। ਹਿੰਮਤ ਨਿਹਾਰੀ, ਹਿੰਮਤ ਨਿਹਾਰੀ, ਬੱਚੇ ਨੇ ਕੰਮ ਚੁੱਕ ਲਿਆ, ਚਲੋ ਆਪਦੇ ਜੀ ਪਰਿਵਾਰ ਪਾਲਣ ਪੋਸ਼ਣ ਕਰ ਰਿਹਾ ਹੈ। ਹਾਂਜੀ ਰਾਜੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਜੀ, ਆਪਣਾ ਕੀ ਨਾਮ ਹੈ ਜੀ? ਅਜੇ ਮੋਹਨ ਸਿੰਘ ਜੀ। ਮੋਹਨ ਸਿੰਘ ਹੈ, ਨਾਮ ਹੀ ਦੇਖੋ ਜੀ ਬਹੁਤ ਵਧੀਆ ਹੈ ਮੋਹਨ ਸਿੰਘ। ਤੇ ਮੋਹਨ ਸਿੰਘ ਵੀ ਇਹ ਕਿੰਨੀ ਉਮਰ ਹੈ ਤੁਹਾਡੀ? 13 ਸਾਲ ਜੀ। 13 ਸਾਲ ਦੀ ਉਮਰ ਹੈ ਜੀ। ਅੱਛਾ, ਤੇ ਫਿਰ ਪੜ੍ਹਨ ਨਹੀਂ ਜਾਂਦੇ ਤੁਸੀਂ? ਜਾਈਦਾ ਜੀ। ਤੁਸੀਂ ਪੜ੍ਹਨ ਜਾਂਦੇ ਹੋ? ਹੈ ਹਾਂਜੀ। ਠੀਕ ਹੈ ਜੀ, ਪੜ੍ਹਨ ਜਾਂਦੇ ਹੋ ਤੇ ਇੱਥੇ ਫਿਰ ਹੁਣ ਤਾਂ ਤੁਸੀਂ ਜਲੇਬੀਆਂ ਵੇਚਦੇ ਹੋ, ਕਦੋਂ ਪੜ੍ਹਨ ਜਾਂਦੇ ਹੋ ਤੇ ਕਦੋਂ ਤੁਸੀਂ ਇੱਥੇ? ਅੱਜ ਹੀ ਆਈ, ਅੱਗੇ ਨੇ 4 ਵਜੇ ਰੇੜੀ ਲਾਈਦੀ ਆ ਜੀ। 4 ਵਜੇ ਲਾਉਂਦੇ ਹੋ? ਠੀਕ ਹੈ ਜੀ, ਤੇ ਅੱਜ ਛੁੱਟੀ ਕਰਕੇ ਪਹਿਲਾਂ ਆਏ ਹੋ? ਹੈ ਹਾਂਜੀ। ਠੀਕ ਹੈ ਜੀ, ਤੇ ਇਹ ਪੜ੍ਹਾਈ ਦੀ ਉਮਰ ਹੈ ਤੇਰੀ, ਤੇ ਕਿੰਨੀ? 13 ਸਾਲ ਦੀ ਉਮਰ ਹੈ? ਹਾਂਜੀ। 13 ਸਾਲ ਦੀ ਉਮਰ 'ਚ ਦੇਖੋ ਜੀ ਮੁੰਡਾ ਇਹ ਕਰ ਰਿਹਾ, ਤੇ ਕੀ ਗੱਲ ਹੋਈ ਪਹਿਲਾਂ ਇੱਥੇ? ਤੁਸੀਂ ਕਰਦੇ ਸੀ ਜਾਂ ਪਹਿਲਾਂ ਤੁਹਾਡੇ ਪਿਤਾ ਜੀ ਕਰਦੇ ਸੀ ਕੰਮ? ਪਿਤਾ ਜੀ ਕਰਦੇ ਸੀ, ਫਾਦਰ ਸਾਹਿਬ ਉਹ ਕਰਦੇ ਸੀ ਕਿ ਕੰਮ? ਉਹ ਵੀ ਇਹੀ ਜਲੇਬੀ ਦਾ ਹੀ ਕੰਮ ਕਰਦੇ ਸੀ? ਜਲੇਬੀ। ਕਿੰਨਾ ਚਿਰ ਕੀਤਾ ਉਹਨਾਂ ਨੇ? ਉਹਨਾਂ ਨੂੰ ਵੀ ਵਾਵਾ ਚਿਰ ਹੋ ਗਏ, 20-25 ਸਾਲ ਹੋ ਗਏ ਜੀ ਉਹਨਾਂ ਨੂੰ। 20-25 ਸਾਲ ਉਹਨਾਂ ਨੇ ਕੰਮ ਕੀਤਾ, ਤੇ ਹੁਣ ਤੁਸੀਂ ਕਰ ਰਹੇ ਹੋ? ਹੈ ਹਾਂਜੀ। ਤੇ ਕੀ ਪਿਤਾ ਜੀ ਹੁਣ ਮਤਲਬ ਕੀ ਗੱਲ ਹੋਈ, ਕਦੋਂ ਤੁਹਾਨੂੰ ਛੱਡ ਕੇ ਚਲੇ ਗਏ? ਸਾਲ ਹੋ ਗਿਆ ਜੀ। ਸਾਲ ਹੋ ਗਿਆ ਜੀ, ਕੀ ਗੱਲ ਹੋਈ, ਬਿਮਾਰ ਸੀਗੇ? ਨਹੀਂ ਜੀ, ਅਟੈਕ ਹੋ ਗਿਆ। ਅਟੈਕ ਹੋ ਗਿਆ ਸੀਗਾ? ਅੱਛਾ, ਤੇ ਦੋਸਤੋ ਸਾਲ ਹੋ ਗਿਆ ਇਹਨਾਂ ਦੇ ਪਿਤਾ ਨੇ 20-25-30 ਸਾਲ ਇੱਥੇ ਆ ਦੁਕਾਨ ਕੀਤੀ ਹੈਗੀ ਆ, ਜਲੇਬੀਆਂ ਨਮਕੀਨ ਆ ਸਾਰਾ, ਔਰ ਬਹੁਤ ਵਧੀਆ ਦੇਖੋ ਪੂਰੇ ਬਾਜ਼ਾਰ ਦੇ ਵਿੱਚ। ਇੱਕ ਕੋਟ ਈਸੇ ਖਾਂ ਆਪਾਂ ਬਾਜ਼ਾਰ ਦੇ ਵਿੱਚ ਹੈਗੇ ਆ, ਮੇਨ ਚੌਂਕ ਦੇ ਵਿੱਚ ਆ, ਕੋਟ ਈਸੇ ਖਾਂ ਦਾ ਮੇਨ ਚੌਂਕ ਆ ਜੀ। ਤੇ ਉੱਥੇ 13 ਸਾਲ ਦੀ ਮਹਿਜ਼ ਉਮਰ ਹੈਗੀ ਆ, ਤੇ ਕਿੰਨਵੀਂ ਚ ਪੜ੍ਹਦੇ ਹੋ ਤੁਸੀਂ? 9th। 9ਵੀਂ ਚ ਪੜ੍ਹਦਾ ਹੈ, ਤੇ ਹੋਰ ਆਪਣੇ ਘਰ ਚ ਕੌਣ ਕੌਣ ਹੈ ਜੀ? ਮੰਮੀ ਦੇ ਭੈਣ ਆਈ ਤਿੰਨ। ਮੰਮੀ ਹੈ ਤੇ ਭੈਣਾਂ ਆ ਤੁਹਾਡੀਆਂ? ਕਿੰਨੀਆਂ ਭੈਣਾਂ ਤੁਹਾਡੀਆਂ? 3 ਆਈ, ਵਿਆਹੀਆਂ ਹੋਈਆਂ 2। 3 ਭੈਣਾਂ ਆ ਜੀ। ਹਾਂਜੀ। ਤੇ 3 ਭੈਣਾਂ ਦਾ ਦੇਖੋ ਭਰਾ ਹੈਗਾ, ਔਰ ਇੱਥੇ ਇਹਨੇ ਦੇਖੋ ਜੀ ਘਰ ਦਾ ਸਾਰਾ ਖਰਚਾ ਚੱਕ ਲਿਆ, ਤੇ ਹੁਣ ਮਤਲਬ ਸਿਰਫ ਇਹੀ ਦੁਕਾਨ ਹੈ ਤੁਹਾਡੀ ਜਾਂ ਹੋਰ ਵੀ ਕੰਮ ਹੈ ਤੁਹਾਡਾ? ਇਹੀ ਹੈ, ਇਹੀ ਦੁਕਾਨ ਹੈ। ਅੱਛਾ ਜੀ,
ਤੇ 4 ਵਜੇ ਤੋਂ ਕਿੰਨੇ ਵਜੇ ਤੱਕ ਹੁੰਨੇ ਆ 10 ਵਜੇ ਤੱਕ 4 ਤੋਂ 10 ਵਜੇ ਤੱਕ ਹਾਂਜੀ ਅੱਛਾ ਤੇ ਛੁੱਟੀ ਕਿੰਨੇ ਵਜੇ ਹੁੰਦੀ ਆ 3 ਵਜੇ 3 ਵਜੇ ਛੁੱਟੀ ਕਰ ਲੈਣੀ ਆ ਉਸ ਤੋਂ 4 ਵਜੇ ਇੱਥੇ ਆ ਜਾਣਾ ਹੈ ਅੱਛਾ ਜੀ ਤੇ ਦੋਸਤੋ ਦੇਖੋ ਜੀ ਇਹ ਇੱਕ ਜ਼ਿੰਦਗੀ 'ਚ ਜਦੋਂ ਸਾਡੇ ਕੋਈ ਇਦਾਂ ਦੀ ਘਟਨਾ ਹੋ ਜਾਂਦੀ ਹੈ ਘਰ ਦੇ ਵਿੱਚ ਤੇ ਮਤਲਬ ਕਿ ਸ਼ਬਦ ਨਹੀਂ ਮਿਲ ਰਹੇ ਕਿ ਕਿਹੜੇ ਸ਼ਬਦਾਂ ਨਾਲ ਮੈਂ ਤੁਹਾਨੂੰ ਇਹ ਸਾਰੀ ਗੱਲ ਦੱਸਾਂ ਕਿ ਇੱਕ ਬਿਲਕੁਲ ਇੱਕ ਖੇਡਣ ਹੱਸਣ ਦੀ ਉਮਰ ਹੈਗੀ ਆ ਉਸ ਉਮਰ ਦੇ ਵਿੱਚ ਕੰਮ ਕਰਨਾ ਪੈ ਰਿਹਾ ਤੇ ਇੱਧਰ ਆ ਦੇਖੋ ਜੀ ਜਲੇਬੀਆਂ ਕੱਢੀ ਜਾਂਦਾ ਤੇ ਇੱਧਰ ਮਿੱਠਾ ਹੈਗਾ ਤੇ ਜਲੇਬੀਆਂ ਸਾਰੀ ਕੱਢੀ ਜਾਂਦਾ ਤੇ ਮੋਹਨ ਸਿੰਘ ਫਿਰ ਇਹ ਜਿਹੜਾ ਕੰਮ ਕਦੋਂ ਸਿੱਖਿਆ ਤੈਂ ਇਹ ਹੋ ਗਿਆ ਜੀ ਸਾਲ ਹੋ ਗਿਆ ਸਾਲ ਹੋ ਗਿਆ ਡੈਡੀ ਤੋਂ ਸਿੱਖ ਲਿਆ ਸੀਗਾ ਹਾਂਜੀ ਉਹਨਾਂ ਦੇ ਹੁੰਦੇ ਆ ਵੀ ਤੁਸੀਂ ਇੱਥੇ ਆਉਂਦੇ ਸੀਗੇ ਉਹਨਾਂ ਨਾਲ ਹੈਲਪ ਕਰਾਉਂਦੇ ਸਕੂਲੋਂ ਆ ਗਏ ਉਦੋਂ ਵੀ ਕੰਮ 'ਚ ਸੀਗੇ ਤੁਸੀਂ ਤੇ ਦੇਖੋ ਜੀ ਆਪ ਹੀ ਸਾਰਾ ਇੱਥੇ ਬਣਾਉਂਦਾ ਹੈ ਜਲੇਬੀਆਂ ਵਗੈਰਾ ਤੇ ਇੱਧਰ ਬੜੀਆਂ ਕਰਾਰੀਆਂ ਬਿਲਕੁਲ ਐਨ ਕੱਢ ਕੇ ਜਲੇਬੀਆਂ ਸਾਰਿਆਂ ਨੂੰ ਖਵਾ ਰਿਹਾ ਤੇ ਫਿਰ ਸਵੇਰੇ ਕਿੰਨੇ ਵਜੇ ਉੱਠ ਕੇ ਤਿਆਰੀ ਕਰਦੇ ਆ ਸਵੇਰੇ ਤਾਂ ਜੀ ਮਟਰ ਮੰਮੀ ਬਣਾ ਦਿੰਦੇ ਘਰੇ ਮਟਰ ਮਾਤਾ ਜੀ ਬਣਾ ਦਿੰਦੇ ਆ ਅੱਛਾ ਜੀ ਮਤਲਬ ਜਦੋਂ ਸਕੂਲੋਂ ਆਉਣਾ ਫਿਰ ਮਟਰ ਵਗੈਰਾ ਤਿਆਰ ਹੁੰਦੇ ਆ ਹਾਂਜੀ ਇੱਥੇ ਆਣ ਕੇ ਜਲੇਬੀ ਬਣਾ ਦਿੰਦੇ ਠੀਕ ਹੈ ਜੀ ਇਹ ਸਾਰਾ ਤੁਹਾਡਾ ਜਿਹੜਾ ਇੱਧਰ ਤਿਆਰੀ ਵਾਲਾ ਸਾਰਾ ਸਮਾਨ ਮਾਤਾ ਜੀ ਤਿਆਰ ਕਰ ਦਿੰਦੇ ਆ ਤੁਸੀਂ ਲੈ ਆਉਨੇ ਇੱਥੇ ਨਾ ਆ ਵੀ ਆਪ ਕਰੀਦਾ ਜੀ ਇੱਥੇ ਅੱਛਾ ਇਹ ਵੀ ਆਪ ਤਿਆਰ ਕਰਦੇ ਆ ਇਹ ਕਾਹਦਾ ਕਾਹਦਾ ਬਣਾਉਂਦੇ ਤੁਸੀਂ ਇਹ ਮੈਦੇ ਦਾ ਬਣਦਾ ਜੀ ਠੀਕ ਹੈ ਜੀ ਹੋਰ ਮਸਾਲੇ ਮੈਦੇ ਵਿੱਚ ਅੱਛਾ ਇਹ ਸਾਰਾ ਆਪ ਹੀ ਤਿਆਰ ਕਰਨਾ ਸਕੂਲੋਂ ਆ ਗਏ ਆ ਹਾਂਜੀ ਠੀਕ ਹੈ ਜੀ ਮਟਰ ਮਾਤਾ ਜੀ ਨੇ ਬਣਾ ਦੇਣੇ ਆ ਇੱਧਰ ਜੀ ਨਮਕੀਨ ਮਟਰੀ ਵੀ ਆ ਤੇ ਨਾਲ ਹੈਗੀ ਆ ਜੀ ਜਲੇਬੀ ਮੋਹਨ ਸਿੰਘ ਦੇ ਕੋਲ ਮਿਹਨਤੀ ਜਵਾਕ ਦੀ ਦੇਖੋ ਜੀ ਸਪੋਰਟ ਕਰਨੀ ਚਾਹੀਦੀ ਹਰ ਤਰ੍ਹਾਂ ਦੀ ਔਰ ਜਿਹੜੇ ਵੀ ਇੱਥੇ ਸੁਣ ਰਹੇ ਨੇ ਕੋਟ ਹਿੱਸੇ ਖਾਨ ਦੇ ਲਾਗੇ ਛਾਗੇ ਹੋ ਉਹ ਜ਼ਰੂਰ ਇੱਕ ਵਾਰ ਇੱਥੇ ਆਓ ਔਰ ਇੱਕ ਤਾਂ ਹੱਲਾਸ਼ੇਰੀ ਹੁੰਦੀ ਆ ਦੇਖੋ ਜੀ ਨੌਜਵਾਨ ਨੂੰ ਕਿ ਮੈਂ ਮਿਹਨਤ ਕਰ ਰਿਹਾ ਤੇ ਮੈਨੂੰ ਜਿਹੜਾ ਹੈਗਾ ਰਿਸਪੌਂਸ ਮਿਲਦਾ ਪਿਆ ਔਰ ਜਿਹੜੇ ਦੂਰ ਦਰਾੜੇ ਦੇ ਵੀ ਹੈਗੇ ਜਦੋਂ ਵੀ ਤੁਸੀਂ ਕੋਟ ਹਿੱਸੇ ਖਾਨ ਆਉਂਦੇ ਆ ਤੁਸੀਂ ਜ਼ਰੂਰ ਇੱਧਰ ਹੋ ਕੇ ਜਾਓ ਜਵਾਕ ਦੇ ਕੋਲ ਔਰ ਬਹੁਤ ਵਧੀਆ ਦੇਖੋ ਜੀ ਸਾਫ ਸਫਾਈ ਦੇ ਨਾਲ ਸਾਰਾ ਕੰਮ ਕਰ ਰਿਹਾ ਤੇ ਆਹ ਦੇਖੋ ਜੀ ਪੜ੍ਹਾਈ ਕਰਦਾ ਬਾਅਦ ਵਿੱਚ ਆਣ ਕੇ ਰੇੜੀ ਲਾਉਂਦਾ ਹੈ ਤੇ ਘਰ ਦਾ ਗੁਜ਼ਾਰਾ ਵੀ ਇਹੋ ਚਲਾਉਂਦਾ ਹੈ ਜੀ ਗਰੀਬ ਪਰਿਵਾਰ ਨਾਲ ਸੰਬੰਧਿਤ ਬੱਚਾ ਹੈ ਜੀ 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 ਹਾਂ ਜੀ 1 ਸਾਲ ਡੈਥ ਹੋ ਗਈ ਇਸ ਪਿਤਾ ਦੀ ਹਾਂ ਜੀ ਹਾਂ ਜੀ ਸਾਰਾ ਗੁਜ਼ਾਰਾ ਇਸ ਦੇ ਸਿਰ ਤੇ ਚੱਲਦਾ ਹੋਇਆ ਆਪਣੀਆਂ ਭੈਣਾਂ ਦਾ ਪਾਲਣ ਪੋਸ਼ਣ ਮਾਤਾ ਦਾ ਪਾਲਣ ਪੋਸ਼ਣ ਇਹੋ ਹੀ ਕਰ ਰਿਹਾ ਜੀ 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 ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹਦੀ ਵਾਚ ਚੜ ਕੇ ਮੱਤ ਕਰੋ ਜੀ ਜੀ ਜਿੰਨੇ ਜੋਗੇ ਗਏ ਦੂਰ ਮੱਤ ਕਰੋ ਜ਼ਰੂਰ ਜੀ ਆਪਾਂ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਹੈ ਇਹੀ ਸਭ ਤੋਂ ਵੱਡੀ ਮਦਦ ਇਹੀ ਹੈ ਕਿ ਮੁੰਡਾ ਕਿਰਤ ਕਰ ਰਿਹਾ ਇੱਥੇ ਆਈਏ ਇਹ ਜੋ ਵੀ ਜਲੇਬੀ ਹੋਰ ਨਮਕੀਨ ਮਟਰ ਜੋ ਵੀ ਬਣਾਉਂਦਾ ਹੈ ਇੱਥੇ ਆ ਕੇ ਇਹਨਾਂ ਦਾ ਇਹਨਾਂ ਤੋਂ ਖਰੀਦੀਏ ਔਰ ਇਹਨੂੰ ਹੋਰ ਅੱਗੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਤੇ ਇਹਨਾਂ ਦੇ ਪਿਤਾ ਜੀ ਦੇ ਕੋਲ ਵੀ ਆਉਂਦੇ ਰਹਿੰਦੇ ਸੀ ਹਾਂਜੀ ਹਾਂਜੀ ਉਹਨਾਂ ਨੇ ਕਿੰਨਾ ਚਿਰ ਕੀਤੀ ਦੁਕਾਨ ਇੱਥੇ ਜੀ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਜੀ ਇਹਨਾਂ ਦੀ ਦੁਕਾਨ ਪੁਰਾਣੇ ਆ ਇੱਥੇ ਹਾਂਜੀ ਬਹੁਤ ਪੁਰਾਣੇ ਨੇ ਇੱਥੇ ਜੀ 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 ਹਲਵਾਈ ਦਾ ਕੰਮ ਵੀ ਨਾਲ ਕਰਦੇ ਸੀ ਜੀ 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 ਬਿਲਕੁਲ ਜੀ ਸਦਕੇ ਆ ਨੌਜਵਾਨ ਦੇ ਕੀ ਹਿੰਮਤ ਦਿਖਾ ਰਿਹਾ ਹੈਗਾ ਔਰ ਦੇਖੋ ਜੀ ਇਹੋ ਜਿਹੇ ਜ਼ਿੰਮੇਵਾਰ ਨੌਜਵਾਨ ਜਵਾਕ ਹੀ ਇੱਕ ਨਿਆਣੀ ਉਮਰ ਹੈ ਇਸ ਉਮਰ 'ਚ ਕੁਛ ਨਹੀਂ ਪਤਾ ਹੁੰਦਾ ਔਰ ਮੁੰਡਾ ਡਟ ਗਿਆ ਜੀ ਆਪਣੇ ਕੰਮ ਦੇ ਲਈ ਧੰਨਵਾਦ 10 ਸਾਲ ਦੀ ਉਮਰ ਦਾ ਬੱਚਾ ਹਾਂਜੀ ਜੀ 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 ਠੀਕ ਹੈ ਬਹੁਤ ਮਿਹਨਤ ਕਰ ਰਿਹਾ ਹੁਣ ਇਸ ਟਾਈਮ ਤੇ ਠੀਕ ਹੈ ਜੀ ਔਰ ਤੁਸੀਂ ਸਾਰੇ ਸਾਥ ਦੇ ਰਹੇ ਹੋ ਸ਼ਹਿਰ ਵਾਲੇ ਵੀ ਦੇਖ ਕੇ ਬੜਾ ਵਧੀਆ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਤੇ ਥੈਂਕ ਯੂ ਜੀ ਧੰਨਵਾਦ ਜੀ ਐਤਵਾਰ ਛੁੱਟੀ ਕਰਦੇ ਹੀ ਹੁੰਦੇ ਤੇ ਹੋਈਦਾ ਜੀ ਅਖੀਰਲੇ ਐਤਵਾਰ ਕਰੀਦੇ ਅਖੀਰਲੇ ਐਤਵਾਰ ਛੁੱਟੀ ਕਰਨੀ ਆ ਹਾਂਜੀ ਠੀਕ ਹੈ ਜੀ ਤੇ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਥੇ ਜ਼ਰੂਰ ਹੋ ਕੇ ਜਾਓ ਜਦੋਂ ਵੀ ਇੱਧਰ ਆਉਣੀ ਔਰ ਇਹਦੀ ਵੀਡੀਓ ਜਿਹੜੀ ਮੋਹਨ ਸਿੰਘ ਦੀ ਸ਼ੇਅਰ ਕਰ ਦਿਓ ਸਾਰਿਆਂ ਤੱਕ ਪਹੁੰਚਾ ਦਿਓ ਤਾਂ ਕਿ ਜਦੋਂ ਵੀ ਕੋਈ ਇੱਧਰ ਆਉਂਦਾ ਹੈ ਤੇ ਇੱਧਰ ਹੋ ਕੇ ਜਾਵੇ ਮੋਹਨ ਸਿੰਘ ਦੇ ਕੋਲ ਤੇ ਮੋਹਨ ਸਿੰਘ ਜੀ ਆਪਣਾ ਇੱਕ ਨੰਬਰ ਵੀ ਬੋਲ ਦਿਓ ਵਿੱਚ ਮੇਰੇ ਨੰਬਰ ਆ ਜੀ ਆਹ ਦਿਖਾ ਦਿਓ ਉੱਤੇ ਬੋਰਡ ਦੇ ਤੇ ਆਹ ਵਾਲਾ ਹਾਂ ਦੋਨੇ ਨੰਬਰ ਆਪਣੇ ਆ ਆਹ ਦੋਸਤੋ ਇਹਨਾਂ ਦੇ ਨੰਬਰ ਹੈਗੇ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਜੇ ਤੁਹਾਨੂੰ ਨਹੀਂ ਐਡਰੈਸ ਪਤਾ ਲੱਗਦਾ ਵੈਸੇ ਕੋਟ ਈਸੇ ਖਾਨ ਦੇ ਮੇਨ ਚੌਂਕ ਦੇ ਵਿੱਚ ਹੈਗੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ